ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਨਾਈਟਿਡ ਸਿੱਖਸ ਇੱਕ ਗਲੋਬਲ ਸੰਸਥਾ ਹੈ ਅਤੇ ਗਲੋਬਲ ਸੰਸਥਾਵਾਂ ਦੇ ਕੰਮ ਵੀ ਦੁਨੀਆ ਭਰ ਦੇ ਵਿੱਚ ਜਗ੍ਹਾ ਜਗ੍ਹਾ ਚੱਲਦੇ ਰਹਿੰਦੇ ਹਨ। ਆਓ ਗੱਲ ਸ਼ੁਰੂ ਕਰਦੇ ਹਾਂ ਪੰਜਾਬ ਦੇ ਹੜ੍ਹਾਂ ਤੋਂ। ਪੰਜਾਬ ਦੀ ਹੜ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਭਾਵਾਂ ਪਾਣੀ ਘਟਣ ਦੇ ਨਾਲ ਥੋੜ੍ਹੀ ਜਿਹੀ ਬਿਹਤਰ ਹੋਈ ਹੈ, ਲੇਕਿਨ ਲੋਕਾਂ ਦੀਆਂ ਜ਼ਰੂਰਤਾਂ ਉਨੀਆਂ ਹੀ ਉੱਭਰ ਕੇ ਸਾਹਮਣੇ ਆਈਆਂ ਹਨ। ਜੇ ਤੁਸੀਂ ਅੱਜ ਦੇ ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਕਿੰਨੀਆਂ ਸਾਰੀਆਂ ਕਿੱਟਾਂ ਬਣਾ ਕੇ ਸਾਡੇ ਵਲੰਟੀਅਰਸ ਨੇ ਅੱਜ ਵੰਡੀਆਂ, ਅਤੇ ਉਹਨਾਂ ਕਿੱਟਾਂ ਦੇ ਵਿੱਚ ਜਿਹੜਾ ਸਮਾਨ ਲੋੜੀਂਦਾ ਘਰਾਂ ਦਾ ਹੁੰਦਾ, ਟੁੱਥ ਬ੍ਰੱਸ਼, ਟੁੱਥਪੇਸਟ, ਸ਼ੈਂਪੂ, ਤੇਲ, ਬੈੱਡਸ਼ੀਟ, ਦਰੀਆਂ, ਮਸਕੀਟੋ ਨੈੱਟ, ਓਡੋਮੋਸ ਬਲੈਂਕਟ ਵਗੈਰਾ ਜਿਹੜੀਆਂ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਗਈਆਂ। ਅਸੀਂ ਸ਼ੁਕਰਗੁਜ਼ਾਰ ਹਾਂ ਸੱਚੇ ਪਿਤਾ ਵਾਹਿਗੁਰੂ ਦੇ ਔਰ ਆਪ ਸਾਰਿਆਂ ਦੇ ਸਹਿਯੋਗ ਦੇ, ਜਿਹਦੇ ਕਰਕੇ ਇਹ ਸੇਵਾ ਜਿਹੜੀ ਉਹ ਚੱਲ ਰਹੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਸੇਵਾ ਦੇ ਵਿੱਚ ਵਾਧਾ ਹੀ ਹੋਣਾ ਹੈ, ਕਿਉਂਕਿ ਲੋੜਾਂ ਦਿਨੋ ਦਿਨ ਵੱਧਦੀਆਂ ਤੁਰੀਆਂ ਆਉਣੀਆਂ ਨੇ। ਜਿੱਥੇ ਸਰਕਾਰਾਂ ਨਹੀਂ ਪਹੁੰਚ ਸਕ ਰਹੀਆਂ ਉੱਥੇ ਵੀ ਅਸੀਂ ਪਹੁੰਚ ਕੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਕੰਮ ਕਰ ਰਹੇ ਹਾਂ। ਆਓ ਦਿੱਲੀ ਦੀ ਗੱਲ ਕਰੀਏ। ਦਿੱਲੀ ਦੇ ਵਿੱਚ 4 ਸਪਟੰਬਰ ਨੂੰ ਸ਼ੁਰੂ ਹੋ ਜਾਣਾ ਹੈ ਮੈਡੀਕਲ ਚੈੱਕਅਪ ਕੈਂਪ, ਜਿੱਥੇ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਵਾਸਤੇ ਇਹ ਕੈਂਪ ਲਗਾਇਆ ਗਿਆ ਹੈ। ਯੂਨਾਈਟਿਡ ਸਿੱਖਸ ਇਹਦੇ ਵਿੱਚ ਲੀਡ ਰੋਲ ਲੈ ਕੇ ਜਿਹੜਾ ਕੰਮ ਕਰ ਰਹੀ ਹੈ। ਇਹ ਨਿਊ ਕਮਿਊਨਿਟੀ ਸੈਂਟਰ, ਸੀਨੀਅਰ ਸਿਟੀਜ਼ਨ ਰੈਕ੍ਰੀਏਸ਼ਨ ਸੈਂਟਰ ਕਰਕੇ ਵੀ ਜਿਹਨੂੰ ਜਾਣਿਆ ਜਾਂਦਾ ਹੈ, ਉੱਥੇ ਦਿੱਲੀ ਦੇ ਵਿੱਚ ਇਹ ਕੈਂਪ ਲੱਗਣਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ 'ਤੇ ਜਾ ਕੇ ਚੈੱਕ ਕਰ ਸਕਦੇ ਹੋ ਇਸ ਦੇ ਬਾਰੇ ਡਿਟੇਲ। ਵੀਡੀਓ ਪਿਛਲੇ ਦਿਨੀ ਵਾਇਰਲ ਹੋਈ ਸੀ ਪਾਕਿਸਤਾਨ ਦੇ ਵਿੱਚ ਇੱਕ ਸਿੱਖ ਬੱਚੀ ਦੀ। ਗੁਰੂ ਨਾਨਕ ਨਾਮ ਲੇਵਾ ਸੰਗਤ ਜਿੱਥੇ ਕਿਤੇ ਵੀ ਬੈਠੀ ਸੀ ਉਹਨਾਂ ਨੂੰ ਇਹ ਕੰਸਰਨ ਸੀਗਾ ਕਿ ਇਹ ਬੱਚੀ ਦਾ ਕੀ ਕੀਤਾ ਜਾ ਰਿਹਾ ਅਤੇ ਕੀ ਹੋ ਰਿਹਾ। ਆਪ ਵਿੱਚੋਂ ਕੁਛ ਸ਼ਾਇਦ ਜਾਣਦੇ ਹੋਵੋਗੇ ਕਿ ਯੂਨਾਈਟਿਡ ਸਿੱਖਸ ਦਾ ਆਫਿਸ ਪਿਸ਼ਾਵਰ ਦੇ ਵਿੱਚ ਵੀ ਹੈ। ਉਹ ਲਗਾਤਾਰ ਇਸ ਸਿਚੁਏਸ਼ਨ ਨੂੰ ਮੋਨੀਟਰ ਕਰ ਰਿਹਾ ਸੀਗਾ। ਜਿਸ ਤਰ੍ਹਾਂ ਹੀ ਇਹ ਸਿਚੁਏਸ਼ਨ ਸਾਹਮਣੇ ਆਈ ਸੀ ਉਸ ਦੇ ਨਾਲ ਦੀ ਨਾਲ ਹੀ ਸਾਡੇ ਕੋਲ ਸਾਡੇ ਪਿਸ਼ਾਵਰ ਆਫਿਸ ਤੋਂ ਇਸ ਦੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਭਗਵਾਨ ਸਿੰਘ ਜੀ ਜੋ ਕਿ ਹੈੱਡ ਗ੍ਰੰਥੀ ਨੇ ਗੁਰਦੁਆਰਾ ਤੰਬੂ ਸਾਹਿਬ ਨਨਕਾਣਾ ਸਾਹਿਬ ਤੋਂ, ਉਹਨਾਂ ਦੀ ਬੇਟੀ ਜਗਜੀਤ ਕੌਰ ਦੇ ਨਾਲ ਇੱਦਾਂ ਪਤਾ ਲੱਗਾ ਸੀ ਕਿ ਜ਼ਬਰਦਸਤੀ ਕੀਤੀ ਗਈ ਹੈ। ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿੱਥੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਹੋਣਾ ਨੇ ਸਾਰੀ ਚੀਜ਼ ਦਾ ਖੁਲਾਸਾ ਕੀਤਾ ਔਰ ਦੋਨੋਂ ਹੀ ਧਿਰਾਂ ਲੜਕੀ ਔਰ ਲੜਕੇ ਦੇ ਪਰਿਵਾਰ ਨੂੰ ਆਹਮੋ ਸਾਹਮਣੇ ਬਿਠਾ ਕੇ ਇਸ ਦਾ ਹੱਲ ਕੱਢਿਆ। ਯੂਨਾਈਟਿਡ ਸਿੱਖਸ ਦੀ ਲੀਗਲ ਟੀਮ ਇਸ ਸਿਚੁਏਸ਼ਨ ਨੂੰ ਲਗਾਤਾਰ ਮੋਨੀਟਰ ਕਰਦੀ ਰਹੀ ਹੈ ਔਰ ਤੁਹਾਨੂੰ ਮੈਂ ਇਹ ਭਰੋਸਾ ਦਿਵਾਉਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਵੀ ਜੇ ਕਿਸੇ ਦੇ ਨਾਲ ਵੀ ਧੱਕਾ ਕੀਤਾ ਜਾਏਗਾ ਤਾਂ ਇਹ ਯਾਦ ਰੱਖਿਆ ਜਾਏ ਕਿ ਅਸੀਂ ਉਸ ਗੁਰੂ ਨੂੰ ਮੱਥਾ ਟੇਕਣ ਵਾਲੀ ਕੌਮ ਹਾਂ ਜਿਸ ਗੁਰੂ ਨੇ ਜਿੱਥੇ ਜਨੇਊ ਧੱਕੇ ਨਾ ਪਾਇਆ ਅਤੇ ਨਾ ਹੀ ਧੱਕੇ ਨਾਲ ਜਨੇਊ ਨੂੰ ਲਾਉਣ ਦਿੱਤਾ। ਸੋ ਤੁਹਾਡੇ ਸਹਿਯੋਗ ਦੇ ਨਾਲ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਯੂਨਾਈਟਿਡ ਸਿੱਖਸ ਜਿਹੜਾ ਲੀਗਲ ਐਸਪੈਕਟ ਦਾ ਕੰਮ ਹੈ ਉਹ ਵੀ ਲਗਾਤਾਰ ਕਰ ਰਹੀ ਹੈ। ਅੱਜ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਖਾਸ ਕਰਕੇ ਇੱਕ ਕੈਂਪ ਲਗਾਇਆ ਗਿਆ ਫੈਨਸ਼ਾ ਕਾਲਜ ਲੰਡਨ ਵਿਖੇ। ਲੰਡਨ ਓਨਟੇਰੀਓ ਦੇ ਵਿੱਚ ਫੈਨਸ਼ਾ ਕਾਲਜ ਜਿਹੜਾ ਹੈ, ਕੈਨੇਡਾ ਦੇ ਵਿੱਚ ਇਹ ਸ਼ਹਿਰ ਪੈਂਦਾ ਹੈ, ਉੱਥੇ ਲੋੜੀਂਦੀਆਂ ਚੀਜ਼ਾਂ ਵਿੰਟਰ ਕਲੋਥਸ, ਜੈਕਟ, ਸੇਫਟੀ ਸ਼ੂਜ਼, ਮੈਟਰਸਿਸ, ਹਾਊਸ ਹੋਲਡ ਫਰਨੀਚਰ, ਪੱਖੇ, ਟੋਸਟਰ, ਮਾਈਕ੍ਰੋਵੇਵ, ਇਸ ਤਰ੍ਹਾਂ ਦਾ ਸਮਾਨ ਦਾਨੀ ਸੱਜਣਾਂ ਵੱਲੋਂ ਇਕੱਤਰ ਕਰਕੇ ਸਟੂਡੈਂਟਾਂ ਵਾਸਤੇ ਮੁਹੱਈਆ ਕਰਵਾਇਆ ਗਿਆ। ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਕਿ ਉਹਨਾਂ ਦੇ ਬਖਸ਼ੇ ਉੱਦਮ ਅਤੇ ਹਿੰਮਤ ਸਦਕਾ ਸਾਡੇ ਵਲੰਟੀਅਰ ਜੋ ਆਪਣੇ ਪਰਿਵਾਰਾਂ ਨੂੰ ਛੱਡ ਕੇ ਵੱਖਰੇ ਵੱਖਰੇ ਥਾਂ 'ਤੇ ਸੇਵਾਵਾਂ ਕਰਦੇ ਹਨ ਇਸੇ ਤਰ੍ਹਾਂ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਰਹਿਣਗੇ। ਆਪ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।